ਦੇਖੋ ਆਪਾਂ 10 ਦੇ ਗਿਣਤੀ ਤੋਂ ਵੱਧਦੇ ਵੱਧਦੇ ਹੌਲੀ ਹੌਲੀ 30 40 ਤੇ ਉੱਪੜੇ, ਫਿਰ 100 150 300 ਦੇ ਲਾਗੇ ਚੱਗੇ, ਹੁਣ 700 ਤੋਂ ਉੱਤੇ ਆ। ਮੈਂ ਹੈਰਾਨ ਨਹੀਂ ਹੋਊਗਾ ਅਗਰ ਨੰਬਰ 1000 ਤੋਂ ਵੀ ਉੱਤੇ ਚਲੇ ਜਾਣ। ਔਰ ਦੋਵਾਂ ਨੇ ਹੀ ਲਗਭਗ 95% ਕਲੇਮ ਕੀਤਾ ਵੀ ਸਕਸੈਸ। ਅੱਛੀ ਵੈਕਸੀਨ ਹੁੰਦੀ ਹੈ ਅਗਰ 50% ਵੀ ਕਾਮਯਾਬ ਹੋ ਜਾਏ। ਜਦੋਂ ਆਪਾਂ ਕਹਿੰਦੇ ਨਾ ਇੱਕ ਖੁਸ਼ਨੁਮਾ ਮਾਹੌਲ ਹੁੰਦਾ ਕ੍ਰਿਸਮਸ ਦੇ ਦੌਰਾਨ, ਸੋ ਕ੍ਰਿਸਮਸ ਦੇ ਦੌਰਾਨ ਅਮੈਰੀਕਾ ਦੇ ਵਿੱਚ ਉਹਨਾਂ ਨੂੰ ਵੈਕਸੀਨ ਮਿਲ ਜਾਊਗੀ। ਪਰ ਫਿਰ ਵੀ ਜੇ ਅਸੀਂ ਟੈਡਰੋਸ ਦੀ ਮੰਨੀਏ ਤਾਂ ਉਹ ਕਹਿ ਰਹੇ ਆ, ਚੀਫ ਹੈ ਜਿਹੜੇ WHO ਦੇ, ਉਹ ਕਹਿ ਰਹੇ ਆ ਕਿ ਜੇ ਵੈਕਸੀਨ ਲੱਗ ਵੀ ਜਾਂਦੀ ਹੈ ਸ਼ਾਇਦ ਉਸ ਤੋਂ ਬਾਅਦ ਵੀ ਕਰੋਨਾ ਸਾਡੇ ਵਿੱਚ ਰਹੇ, ਸ਼ਾਇਦ ਉਸ ਤੋਂ ਬਾਅਦ ਵੀ ਸਾਨੂੰ ਆਈਸੋਲੇਟ ਕਰਨ ਦੀ ਲੋੜ ਪਵੇ। ਅਜਿਹਾ ਕਿਉਂ? ਇਸ ਵੇਲੇ ਵੀ BC ਚ ਜਿਹੜੀ ਐਡਮਿਸ਼ਨਸ ਆਪਾਂ ਕਹਿ ਰਹੇ ਆ ਉਹਦੇ ਚ ਕੋਈ ਵੀ ਨਹੀਂ ਜੋ ਲੈਸ ਦੈਨ 20 ਇਅਰਸ ਹੋਵੇ, ਸਾਰੇ 20 ਇਅਰਸ ਤੋਂ ਉੱਤੇ। ਸਤਿ ਸ਼੍ਰੀ ਅਕਾਲ, ਨਮਸਕਾਰ, ਤੁਸੀਂ ਦੇਖ ਰਹੇ ਹੋ ਸਾਂਝਾ TV, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ ਪਲੈਨਟ ਦੇ ਵਿੱਚ COVID-19 ਬਹੁਤ ਫੈਲਿਆ ਹੋਇਆ, ਨਾਲ ਨਾਲ BC ਦੇ ਵਿੱਚ ਲਗਾਤਾਰ ਕੇਸ ਵੱਧ ਰਹੇ ਨੇ, ਅਤੇ ਅੱਜ ਦੇ ਕੇਸ ਦੀ ਗੱਲ ਕਰੀਏ ਤਾਂ 700 ਤੋਂ ਉੱਤੇ ਅੱਜ ਫਿਰ ਕੇਸ ਰਿਪੋਰਟ ਕੀਤੇ ਗਏ ਨੇ, ਅਤੇ ਨਾਲ ਨਾਲ ਡੈਥਸ ਵੀ 10 ਰਿਪੋਰਟ ਕੀਤੀਆਂ ਗਈਆਂ ਨੇ। ਜਿੱਥੇ ਜਿੱਥੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ, COVID-19 ਦੇ ਕੇਸ ਵੱਧ ਰਹੇ ਨੇ। ਇਸ ਵਿਚਕਾਰ ਖੁਸ਼ੀ ਦੀ ਗੱਲ ਇਹ ਹੈ ਕਿ ਮੋਡਰਨਾ ਅਤੇ ਫਾਈਜ਼ਰ ਦੋਨਾਂ ਹੀ ਕੰਪਨੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ 95% ਉਹਨਾਂ ਦੀ ਵੈਕਸੀਨ ਕਾਰਗਰ ਸਿੱਧ ਹੋਈ ਹੈ, ਅਤੇ ਜੇ ਇਹ ਵੈਕਸੀਨ ਹੈਲਥ ਆਫੀਸ਼ੀਅਲਸ ਦੇ ਵੱਲੋਂ ਐਕਸੈਪਟ ਕਰ ਲਈ ਜਾਂਦੀ ਹੈ ਤਾਂ ਸ਼ਾਇਦ 2021 ਤੱਕ 1 ਬਿਲੀਅਨ ਦੇ ਨੇੜੇ ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ, ਜਿਹੜੇ ਫਰੰਟਲਾਈਨ 'ਤੇ ਕੰਮ ਕਰਦੇ ਨੇ, ਜਿਹੜੇ ਹੈਲਥ ਕੇਅਰ ਪ੍ਰੋਵਾਈਡਰ ਨੇ, ਸੋ ਜਿਹੜੇ ਰਿਸਕ ਦੇ ਉੱਤੇ ਨੇ ਉਹਨਾਂ ਨੂੰ ਇਹ ਵੈਕਸੀਨ ਲੱਗ ਜਾਏਗੀ। ਪਰ ਬਾਕੀ ਜਿਹੜੇ ਰਹਿ ਜਾਣਗੇ ਉਹਨਾਂ ਦਾ ਕੀ ਹੋਏਗਾ? ਕਦੋਂ ਤੱਕ ਸਾਨੂੰ ਇਹ ਪ੍ਰੀਕੋਸ਼ਨਸ ਫੋਲੋ ਕਰਦੇ ਰਹਿਣਾ ਪਵੇਗਾ? ਕੀ ਅੱਗੇ ਸਾਨੂੰ ਲੋਕਡਾਊਨ ਦੇਖਣਾ ਪਵੇਗਾ? ਸੋ ਇਹ ਸਭ ਗੱਲਾਂ ਦੇ ਲਈ ਅੱਜ ਗੱਲਬਾਤ ਹੋਵੇਗੀ ਡਾਕਟਰ ਪ੍ਰਗਟ ਸਿੰਘ ਭੁਰਜੀ ਦੇ ਨਾਲ। ਆ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਡਾਕਟਰ ਭੁਰਜੀ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਔਰ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕੇਮ ਸ਼ੋ ਕਸਾਏ ਸਲੋ, ਬੋਨਜੋਰ, ਬੁਨਿਸ ਡਾਇਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਪਹਿਲਾਂ ਤੇ ਦੱਸੋ, ਠੀਕ ਠਾਕ ਹੋ ਜੀ? ਬਹੁਤ ਟਾਈਮ ਬਾਅਦ ਮੁਲਾਕਾਤ ਹੋਈ ਹੈ। ਮੇਰਾ ਨਾ ਥੋੜਾ ਫੇਸਬੁੱਕ ਜਿਹੜਾ ਹੈਗਾ ਉਹ ਟੈਕਨੀਕਲ ਡਿਫੀਕਲਟੀ ਕਰਕੇ ਚੱਲ ਨਹੀਂ ਰਿਹਾ, ਤੇ ਇਸ ਲਈ ਮੇਰੇ ਖਿਆਲ ਨਾਲ ਮੈਂ ਜਿੰਨਾ ਇੰਨਾ ਵਿਜ਼ੀਬਲ ਨਹੀਂ। ਕਾਫੀ ਲੋਕਾਂ ਨੇ ਮੈਨੂੰ ਪੁੱਛਿਆ, ਉਦਾਂ ਮੇਰੀ ਸਿਹਤ ਠੀਕ ਆ, ਮੈਂ ਵੇਟ ਵੀ ਲੂਜ਼ ਕੀਤਾ ਹੋਇਆ, ਔਰ ਵੀਕਐਂਡ 'ਚ ਮਡਵੇ 'ਚ ਬਾਈਸਾਈਕਲ 20-30 ਕਿਲੋਮੀਟਰ ਚਲਾਈਦਾ ਹਨਾ ਸੈਟਰਡੇ ਸੰਡੇ, ਸੋ ਥੋੜੀ ਜਿਹੀ ਅੰਦਰ ਚਲੇ ਗਈ ਹੈ 1-2 ਇੰਚ। ਔਰ ਮੇਰੀ ਮੇਰੀ ਦਿੱਲੀ ਤਮੰਨਾ ਵੀ ਮੈਂ ਜਦ ਮੇਰਾ ਵਿਆਹ ਹੋਇਆ ਸੀ ਉਦੋਂ ਮੇਰੀ ਵੇਸਟ ਹੁੰਦੀ ਸੀ ਅਰਾਊਂਡ 36, ਵੀ ਉਸ ਲੈਵਲ 'ਤੇ ਚਲਾ ਜਾਵਾਂ ਤਾਂ ਕਿ ਮਾਲਕਿਨ ਦੇ ਨਾਲ ਕੰਪੀਟ ਕਰਨ ਯੋਗਾ ਹੋ ਜਾਵਾਂ। ਬਿਲਕੁਲ, ਤੁਹਾਡੇ ਜਿਹੜੇ ਸ਼ੁਭ ਚਿੰਤਕ ਹੈਗੇ ਆ ਤੁਹਾਨੂੰ ਬਹੁਤ ਯਾਦ ਕਰ ਰਹੇ ਸੀ ਕਿ ਡਾਕਟਰ ਭੁਰਜੀ ਨਹੀਂ ਦਿਖਾਈ ਦੇ ਰਹੇ, ਸੋ ਅੱਜ ਸੋਚਿਆ ਕਿ ਤੁਹਾਡੇ ਤੋਂ ਕਰੋਨਾ ਵਾਇਰਸ ਬਾਰੇ ਜਾਣਕਾਰੀ ਵੀ ਲਈ ਜਾਵੇ ਅਤੇ ਤੁਹਾਡਾ ਹਾਲ ਚਾਲ ਵੀ ਪੁੱਛਿਆ ਜਾਵੇ। ਸੋ ਡਾਕਟਰ ਸਾਹਿਬ, ਜਿੱਦਾਂ ਕਰੋਨਾ ਦੇ ਕੇਸ ਵੱਧ ਰਹੇ ਨੇ, ਸੋ BC ਦੇ ਵਿੱਚ ਤਾਂ ਬਹੁਤ ਮਾੜਾ ਹਾਲ ਆ, 764 ਨਵੇਂ ਕੇਸ ਰੋਜ਼ਾਨਾ, ਹੁਣ 10 ਤੋਂ ਉੱਤੇ ਮੌਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪੂਰੀ ਦੁਨੀਆਂ ਦੇ ਵਿੱਚ, ਕੀ ਕੁਛ ਹੋ ਰਿਹਾ? ਦੇਖੋ, ਇਹੋ ਜਿਹਾ ਕੋਈ ਵੀ ਦੇਸ਼ ਗ੍ਰਾਮ ਨਗਰ ਨਹੀਂ ਹੋਏਗਾ ਜਿੱਥੇ ਕੋਵਿਡ ਨੇ ਆਪਣਾ ਜਿਹੜਾ ਹੈਗਾ ਪੈਰਾ ਨਾ ਦਿੱਤਾ ਹੋਵੇ। ਲਗਭਗ ਸਾਰੇ ਸੰਸਾਰ ਦੇ ਉੱਤੇ, ਸਾਰੀ ਪ੍ਰਿਥਵੀ ਦੇ ਉੱਤੇ ਕੋਵਿਡ ਜਿਹੜਾ ਹੈਗਾ ਇਸ ਵੇਲੇ ਫੈਲ ਰਿਹਾ, ਔਰ ਖਾਸ ਕਰਕੇ ਜਿਹੜੇ ਵਿੰਟਰ ਗ੍ਰਸਤ ਮੁਲਕ ਨੇ ਜਿੱਦਾਂ ਕੈਨੇਡਾ, ਅਮੈਰੀਕਾ, ਯੂਰਪ, ਇਹ ਇਹਦੇ ਵਿੱਚ ਜ਼ਿਆਦਾ ਅਸੀਂ ਦੇਖ ਰਹੇ ਹਾਂ, ਔਰ ਜਿੱਥੇ ਵੈਦਰ ਥੋੜ੍ਹਾ ਵਧੀਆ ਹੁੰਦਾ ਇਕੁਏਟਰ ਦੇ ਲਾਗੇ ਉੱਥੇ ਥੋੜ੍ਹਾ ਜਿਹਾ ਘੱਟ ਆ, ਲੇਕਿਨ ਹਰ ਇੱਕ ਜਗ੍ਹਾ 'ਚ ਹੈਗਾ। ਜਦੋਂ ਅਗਰ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ 3,10,000 ਤੋਂ ਉੱਤੇ ਮਾਮਲੇ ਹੈਗੇ ਆ, 11 ਤੋਂ ਜ਼ਿਆਦਾ ਮੌਤ ਹੈ, ਔਰ ਹਰ ਰੋਜ਼ ਕਰੀਬਨ 100 ਮੌਤਾਂ ਆਲ ਓਵਰ ਪ੍ਰੋਵਿੰਸ ਹੋ ਰਹੀਆਂ ਆਪਾਂ ਫੜੀਏ ਤੇ BC 'ਚ 10। ਦੇਖੋ, ਆਪਾਂ 10 ਦੇ ਗਿਣਤੀ ਤੋਂ ਵੱਧਦੇ ਵੱਧਦੇ ਹੌਲੀ ਹੌਲੀ 30-40 ਤੇ ਉੱਪੜੇ, ਫਿਰ 100, 150, 300 ਦੇ ਲਾਗੇ ਚੱਗੇ, ਹੁਣ 700 ਤੋਂ ਉੱਤੇ ਆ। ਮੈਂ ਹੈਰਾਨ ਨਹੀਂ ਹੋਊਂਗਾ ਅਗਰ ਨੰਬਰ 1000 ਤੋਂ ਵੀ ਉੱਤੇ ਚਲੇ ਜਾਣ। ਉਸ ਹਿਸਾਬ ਦੇ ਨਾਲ ਦੇਖੋ, ਐਡਮਿਸ਼ਨਸ ਵੀ ਵਧੀਆ, ICU ਐਡਮਿਸ਼ਨਸ ਵਧੀਆ, ਔਰ ਰੋਜ਼ ਕੱਲ ਆਪਣਾ ਅੱਜ ਡਾਕਟਰ ਜਿਹੜਾ ਹੈਗਾ ਸਾਨੂੰ ਡਿਸਕਲੋਸ ਕੀਤਾ ਜਾਂਦਾ 10, ਕੱਲ 11 ਡੈਥ ਸੀ, ਹਨਾ। ਸੋ ਇਹ ਜਿਹੜੀਆਂ ਹੈਗੀਆਂ ਟ੍ਰੈਜੈਕਟਰੀ ਉੱਤੇ ਨੂੰ ਜਾ ਰਹੀ ਆ, ਔਰ ਉਹਦੇ ਜ਼ਿੰਮੇਵਾਰ ਅਸੀਂ ਹੈਗੇ ਆ, ਅਸੀਂ ਨਾਲ ਮਿਲ ਕੇ, ਕਿਉਂਕਿ ਜਦੋਂ ਨਵੇਂ ਕੇਸਿਸ ਆ ਰਹੇ ਆ ਇਹ ਵਰਕ ਪਲੇਸ ਤੋਂ ਨਹੀਂ ਆ ਰਹੇ, ਇਹ ਮਤਲਬ ਫੈਕਟਰੀਆਂ ਤੋਂ ਨਹੀਂ ਆ ਰਹੇ, ਇਹ ਸਭ ਤੋਂ ਨਹੀਂ ਆ ਰਹੇ, ਇਹ ਰੈਸਟੋਰੈਂਟ ਤੋਂ ਨਹੀਂ ਆ ਰਹੇ, ਇਹ ਸਾਰੇ ਸੋਸ਼ਲ ਇੰਟੀਗ੍ਰੇਸ਼ਨ ਜਿਹੜੇ ਘਰਾਂ 'ਚ ਹੋਈ ਆ ਉਸ ਤੋਂ ਆ ਰਹੇ ਆ। ਜੋੜ ਕੇ ਬੇਨਤੀ ਆ ਵੀ ਨਾ ਕਿਸੇ ਦੇ ਘਰ ਜਾਓ ਤੇ ਨਾ ਕਿਸੇ ਨੂੰ ਸੱਦੋ,
ਡਿਜੀਟਲੀ ਜਿੱਦਾਂ ਆਪਾਂ ਰੂਬਰੂ ਹੋ ਰਹੇ ਹਾਂ ਉਦਾਂ ਡਿਜੀਟਲੀ ਰੂਬਰੂ ਹੋ ਰਹੋ, ਸਾਲ ਕਮੇਟ ਕਰ ਲਓ, ਫਿਰ ਚਾਹ ਸਮੋਸੇ ਜਾਂ ਹੋਰ ਬਰਫੀ ਰਸਗੁੱਲੇ ਖਾਣੇ, ਉਹਦਾ ਟਾਈਮ ਆਊਗਾ। ਬਿਲਕੁਲ, ਜੇ ਜਾਨ ਹੈ ਤਾਂ ਜਹਾਨ ਹੈ, ਜੇ ਬਚੇ ਰਵਾਂਗੇ ਤਾਂ ਫੇਰ ਹੀ ਟਾਈਮ ਆਏਗਾ, ਰਾਈਟ? ਬਿਲਕੁਲ। ਸੋ ਆ ਜਿਹੜਾ ਹੈਗਾ ਨਾ ਹੁਣ ਅਗਲੇ ਕੁਛ ਦਿਨਾਂ ਚ, ਕਰੀਬਨ 8-10 ਦਿਨਾਂ ਚ ਮਹਾਰਾਜ ਦਾ ਗੁਰਪੁਰਬ ਵੀ ਆ ਰਿਹਾ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ, ਉਹਦੇ ਬਾਅਦ ਕ੍ਰਿਸਮਸ ਦੇ ਜਸ਼ਨ ਸ਼ੁਰੂ ਹੋ ਜਾਣੇ ਆ। ਪਹਿਲਾਂ ਜਿੱਦਾਂ ਆਪਾਂ ਦੀਵਾਲੀ ਬੰਦੀ ਛੋੜ ਦਿਵਸ ਮਨਾਇਆ, ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਸੱਭੇ ਰਹਿ ਕੇ ਮਨਾਉਣੀਆਂ ਪੈਣੀਆਂ। ਔਰ ਦੇਖੋ ਸੱਚੇ ਪਾਤਸ਼ਾਹ ਇਹੀ ਕਹਿੰਦੇ ਆ ਵੀ ਜਿਹੜਾ ਨਾ ਇਹ ਸਰੀਰ ਹਰਿਮੰਦਰ ਹੈ, ਇੱਕ ਤਾਂ ਹਰਿਮੰਦਰ ਹੈਗਾ ਅੰਮ੍ਰਿਤਸਰ ਚ ਫਿਜ਼ੀਕਲ, ਜਿੱਥੇ ਅਸੀਂ ਨਤਮਸਤਕ ਹੁੰਦੇ ਹਾਂ, ਹਰ ਸਿੱਖ ਦਾ ਇੱਕ ਮਨੋਭਾਵਨਾ ਹੁੰਦੀ ਆ ਵੀ ਉੱਥੇ ਮੈਂ ਇਸ਼ਨਾਨ ਕਰਾਂ, ਦਰਸ਼ਨ ਕਰਾਂ, ਗੁਰਬਾਣੀ ਸੁਣਾ, ਲੇਕਿਨ ਇਹ ਸਰੀਰ ਹਰਿਮੰਦਰ ਹੈ, ਇਹ ਸਰੀਰ ਹੀ ਹਰੀ ਦਾ ਮੰਦਰ ਹੈ। ਸੋ ਇਹਨੂੰ ਅਸੀਂ ਸਾਂਭ ਕੇ ਰੱਖਣਾ। ਅਗਰ ਇਹ ਸਰੀਰ ਰੋਗੀ ਹੋ ਗਿਆ ਤੇ ਉਹ ਫਿਜ਼ੀਕਲ ਅੰਮ੍ਰਿਤਸਰ ਚ ਜਿਹੜਾ ਹਰਿਮੰਦਰ ਹੈ ਉੱਥੇ ਦਰਸ਼ਨ ਕਿੱਦਾਂ ਕਰਨ ਜਾਵਾਂਗੇ? ਸੋ ਇਸ ਲਈ ਜਿਹੜਾ ਨਾਮ ਦਾਨ ਇਸ਼ਨਾਨ ਜਿਹੜਾ ਆਉਂਦਾ ਉਹ ਆਪਾਂ ਆਪਣੇ ਉੱਤੇ ਤਾਂ ਰੱਖ ਸਕਦੇ ਹਾਂ ਅਗਰ ਆਪਾਂ ਸਾਰੇ ਇੰਡੀਵਿਜੁਅਲੀ ਕੋਵਿਡ ਦੇ ਸਪੋਕਸ ਪਰਸਨ ਬਣੀਏ। ਦੇਖੋ ਅਸੀਂ ਤੁਹਾਡਾ ਪ੍ਰੋਗਰਾਮ ਸਾਂਝੇ ਕਰਦੇ ਹਾਂ, ਲੇਕਿਨ ਇੰਡੀਵਿਜੁਅਲੀ ਹਰ ਇੱਕ ਇਨਸਾਨ ਜਿਹੜਾ ਹੈਗਾ ਕੋਵਿਡ ਨੂੰ ਸਮਝੇ। ਤਿੰਨ ਚੀਜ਼ਾਂ ਜਿਹੜੀਆਂ ਮੈਨੂੰ ਹੁਣ ਹੋ ਗਏ 9 ਮਹੀਨੇ ਕਹਿੰਦੇ ਨੂੰ, ਹੈ ਨਾ, ਵੀ ਹੱਥ ਧੋਵੋ ਸਾਬਣ ਪਾਣੀ ਦੇ ਨਾਲ ਜਾਂ ਸੈਨੀਟਾਈਜ਼ਰ, ਬਾਹਰ ਜਾਂਦੇ ਮਾਸਕ ਲਾਓ। ਦੇਖੋ ਮਾਸਕ ਦਾ ਵਾਦ ਵਿਵਾਦ ਚੱਲੀ ਜਾਂਦਾ, ਚੱਲੀ ਜਾਣਾ, ਸਸਕੈਚੁਅਨ ਪਹਿਲਾ ਪ੍ਰੋਵਿੰਸ ਹੋ ਗਿਆ ਜਿੱਥੇ ਮਾਸਕ ਮੈਂਡੇਟਰੀ ਉਹਨਾਂ ਨੇ ਕਰ ਦਿੱਤਾ। ਤੇ ਤੀਜੀ ਹੈਗੀ ਆ ਸਰੀਰਕ ਦੂਰੀ ਬਣਾਏ ਰੱਖਣੀ 6-8 ਫੁੱਟ। ਹੁਣ ਅਗਰ ਆਪਾਂ ਇਹ ਸਾਰੀਆਂ ਚੀਜ਼ਾਂ ਕਰਾਂਗੇ ਤੇ ਪਹਿਲਾਂ ਵੀ ਤਾਂ ਆਪਾਂ ਕੰਟਰੋਲ ਕੀਤਾ ਸੀ, ਹੋਰ ਵੀ ਹੋ ਸਕਦਾ। ਦੂਜੀ ਗੱਲ ਜਿਹੜੀ ਤੁਸੀਂ ਸਾਂਝੀ ਕੀਤੀ ਮੋਡਰਨਾ ਔਰ ਫਾਈਜ਼ਰ ਦੀ, ਅੱਛਾ ਚਾਨਣ ਮਿਨਾਰਾ ਸਾਨੂੰ ਨਜ਼ਰ ਆ ਰਿਹਾ, ਟਨਲ ਦੇ ਪਰਲੇ ਪਾਸੇ ਸਾਨੂੰ ਰੋਸ਼ਨੀ ਨਜ਼ਰ ਆ ਰਹੀ ਹੈ। ਔਰ ਦੋਵਾਂ ਨੇ ਹੀ ਲਗਭਗ 95% ਕਲੇਮ ਕੀਤਾ ਵੀ ਸਕਸੈਸ। ਅੱਛੀ ਵੈਕਸੀਨ ਹੁੰਦੀ ਹੈ ਅਗਰ 50% ਵੀ ਕਾਮਯਾਬ ਹੋ ਜਾਏ। WHO ਕਹਿੰਦਾ ਸੀ ਵੀ ਕੋਵਿਡ ਦੇ ਲਈ 70% ਆਪਾਂ ਆਪਣਾ ਏਮ ਰੱਖਣਾ, ਹੁਣ ਇਹ 95% ਤੇ ਵਧੀਆ ਗੱਲ ਹੈਗੀ ਆ। ਔਰ ਇਹ ਨਵੀਕਲੀ ਟੈਕਨੋਲੋਜੀ ਆ, ਇਹਦੇ ਚ ਵਾਇਰਸ ਦਾ ਕੋਈ ਪਾਰਟੀਕਲ ਨਹੀਂ ਹੈਗਾ। ਮੈਸੇਂਜਰ RNA ਜਿਹੜਾ ਸਿਗਨਲ ਦਿੰਦਾ ਵਾਇਰਸ ਨੂੰ, ਜਿਹੜਾ ਪ੍ਰੋਟੀਨ ਲੌਕ ਇਨ ਹੋ ਕੇ ਸਾਡੇ ਸੈੱਲ ਚ ਜਾਂਦੀ ਆ, ਉੱਥੇ ਜਿਹੜੀ ਲਾਈਪੋ ਪ੍ਰੋਟੀਨ ਆ, ਔਰ ਲਾਈਪੋ ਪ੍ਰੋਟੀਨ ਨੂੰ ਦੇਣ ਵਾਲਾ ਫਿਰ ਵੈਂਕੂਵਰ ਦੀ ਇੱਕ ਬਾਇਓਟੈਕ ਕੰਪਨੀ ਐਕਵਾਟਿਸ, ਉਹਨੇ ਦਿੱਤਾ ਫਾਈਜ਼ਰ ਨੂੰ, ਜਿੱਥੇ ਤਿਆਰ ਹੋਈ। ਸੋ ਇਹ ਅਲਟਰਾ ਮਾਡਰਨ ਟੈਕਨੋਲੋਜੀ ਆ, ਔਰ ਪਹਿਲੀ ਵਾਰ 9-10 ਮਹੀਨੇ ਚ ਵੈਕਸੀਨ ਮੁਕੰਮਲ ਹੋਈ ਆ, ਨਹੀਂ ਤੇ ਸ਼ਾਰਟੈਸਟ ਪੀਰੀਅਡ ਕੋਈ ਵੈਕਸੀਨ ਬਣੀ ਸੀ ਉਹ ਸੀ 5 ਸਾਲ। ਪੋਲੀਓ ਦੀ ਸੀ ਉਹਨੂੰ ਘੱਟ ਤੋਂ ਘੱਟ 30-40 ਸਾਲ ਲੱਗੇ ਸੀ। ਡਾਕਟਰ ਜੋਨਸ ਸਾਲਕ ਜਿਹਨਾਂ ਨੇ ਪੋਲੀਓ ਦੀ ਵੈਕਸੀਨ ਬਣਾਈ ਸੀ, 2 ਵਾਰੀ ਦਰਸ਼ਨ ਕੀਤੇ ਉਹਨਾਂ ਦੇ, ਹੁਣ ਤੇ ਫੌਤ ਹੋ ਚੁੱਕੇ ਨੇ। ਉਹ ਇਜ਼ਹਾਰ ਕਰਦੇ ਸੀ ਵੀ ਉਹਨੇ ਦਿਨ ਰਾਤ ਆਪਣਾ ਇੱਥੇ ਲਾਤਾ ਸੀ ਵੀ ਉਹਨੂੰ ਬਣਾਉਣਾ, ਫੇਲੀਅਰਸ ਬਹੁਤ ਹੁੰਦੀਆਂ ਸੀ, ਸਕਸੈਸ ਹੁੰਦੀ ਨਹੀਂ ਸੀ। ਹੁਣ ਮੈਂ ਥੋੜਾ ਜਿਹਾ ਫਾਈਜ਼ਰ ਔਰ ਮੋਡਰਨਾ ਦੇ ਵਿੱਚ ਥੋੜਾ ਜਿਹਾ ਕੀ ਡਿਫਰੈਂਸ ਹੈ ਉਹ ਦੱਸਣਾ ਚਾਹੁੰਦਾ। ਦੋਵਾਂ ਦੀ ਟੈਕਨੋਲੋਜੀ ਸੇਮ ਆ, ਮੈਸੇਂਜਰ RNA ਦੀ, ਲੇਕਿਨ ਜਿਹੜੀ ਫਾਈਜ਼ਰ ਦੀ ਉਹ -70 ਡਿਗਰੀ ਚ ਰੱਖਣੀ ਪੈਣੀ ਆ, ਜਿਹੜੀ ਮੋਡਰਨਾ ਦੀ -20 ਡਿਗਰੀ। ਫਾਈਜ਼ਰ ਦੀ ਉਹ 5 ਦਿਨ ਫ੍ਰਿਜ ਚ ਚੱਲ ਜਾਊਗੀ, ਮੋਡਰਨਾ ਦੀ 30 ਦਿਨ। ਦੋਵਾਂ ਦੇ 2 ਡੋਜ਼ ਲੱਗਣਗੇ। ਪਹਿਲਾ ਡੋਜ਼ ਆ ਕਰੀਬਨ ਹਫ਼ਤਾ ਲੱਗਦਾ ਐਂਟੀਬੋਡੀਜ਼ ਬਣਾਉਣ ਨੂੰ, ਬੀ ਸੈੱਲ, ਟੀ ਸੈੱਲ, ਉਹਦੇ ਬਾਅਦ 3-4 ਹਫ਼ਤੇ ਬਾਅਦ ਦੂਜਾ ਡੋਜ਼ ਲੱਗੂਗਾ। ਹੁਣ ਇਹ ਤਾਂ ਹੈਗੀ ਆ ਰਿਸਰਚ ਦੱਸ ਰਹੀ ਆ, ਫੇਸ 3 ਟ੍ਰਾਇਲ, ਔਰ ਉਹਨਾਂ ਦੇ ਲਗਭਗ ਮੁਕੰਮਲ ਹੋ ਚੁੱਕੇ ਨੇ। ਉਹਦੇ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਡੇਟਾ ਰਿਵਿਊ ਕਰੂਗਾ, ਔਰ ਮੈਨੂੰ ਪਤਾ ਉਹਨਾਂ ਨੂੰ ਐਮਰਜੈਂਸੀ ਰਿਲੀਜ਼ ਵਾਸਤੇ ਪਰਮਿਸ਼ਨ ਮਿਲ ਜਾਊਗੀ। ਸੋ ਅਮੈਰੀਕਾ 'ਚ ਜਦੋਂ ਆਪਾਂ ਕਹਿੰਦੇ ਨਾ ਇੱਕ ਖੁਸ਼ਨੁਮਾ ਮਾਹੌਲ ਹੁੰਦਾ ਕ੍ਰਿਸਮਸ ਦੇ ਦੌਰਾਨ, ਸੋ ਕ੍ਰਿਸਮਸ ਦੇ ਦੌਰਾਨ ਅਮੈਰੀਕਾ ਦੇ ਵਿੱਚ ਉਹਨਾਂ ਨੂੰ ਵੈਕਸੀਨ ਮਿਲ ਜਾਊਗੀ। ਉੱਥੇ ਵੀ ਪਹਿਲੋਂ ਜਿਹੜੇ ਐਟ ਰਿਸਕ ਪਾਪੂਲੇਸ਼ਨ ਹੈਗੇ ਆ, ਬਜ਼ੁਰਗ ਹੈਗੇ ਆ, ਰੈਸੀਡੈਂਸ਼ੀਅਲ ਕੇਅਰ ਹੋਮ 'ਚ ਆ, 80 ਵਰੇ ਤੋਂ ਉੱਤੇ ਆ, ਤੇ ਜਿਹੜੇ ਫਰੰਟ ਲਾਈਨ 'ਚ ਕੰਮ ਕਰਦੇ ਆ ਹੈਲਥ ਕੇਅਰ ਇੰਡਸਟਰੀ 'ਚ, ਐਮਰਜੈਂਸੀ 'ਚ, ICU 'ਚ ਜਾਂ ਫਸਟ ਰਿਸਪੋਂਡਰ, ਉਹਨਾਂ ਨੂੰ ਦਿੱਤੀ ਜਾਊਗੀ, ਜਾਂ ਜਿਹਨਾਂ ਦਾ ਇਮਿਊਨ ਸਿਸਟਮ ਖਰਾਬ ਆ, ਉਹਨਾਂ ਦੇ ਮਲਟੀਪਲ ਹੈਲਥ ਪ੍ਰੋਬਲਮ ਹੈ, ਉਸ ਤੋਂ ਬਾਅਦ ਹੌਲੀ ਹੌਲੀ ਦੂਜਿਆਂ ਨੂੰ ਮਿਲੋਗੇ। ਅਸੀਂ ਕੈਨੇਡਾ ਜਿਹੜਾ ਹੈਗਾ, ਦੋਵਾਂ ਦਾ ਡੇਟਾ ਰਿਵਿਊ ਹੋ ਰਿਹਾ, ਹੈਲਥ ਕੈਨੇਡਾ ਕਰ ਰਿਹਾ, ਔਰ ਬੜੀ ਰੈਪਿਡ ਸਪੀਡ ਦੇ ਨਾਲ ਕਰ ਰਿਹਾ। ਕੈਨੇਡਾ ਦੇ ਵਿੱਚ ਵੀ ਆਊਗੀ, ਕੈਨੇਡਾ ਨੇ 20 ਮਿਲੀਅਨ ਡੋਜ਼ ਜਿਹੜੇ ਹੈਗੇ ਆ ਉਹ ਸਾਈਨ ਕੀਤੇ ਸੀ ਮੋਡਰਨਾ, ਤੇ 20 ਮਿਲੀਅਨ ਡੋਜ਼ ਕੀਤੇ ਸੀ ਫਾਈਜ਼ਰ ਦੇ ਨਾਲ। ਸੋ ਮਤਲਬ 2 ਡੋਜ਼ ਲੱਗਣੇ ਆ, ਸੋ 10-10 ਮਿਲੀਅਨ, 20 ਮਿਲੀਅਨ ਮਿਲ ਸਕਦੇ। ਉਹਦੇ ਨਾਲ ਨਾਲ ਹੋਰ ਕੰਪਨੀਆਂ ਵਾਇਰਸ ਦੇ ਵੱਖ ਵੱਖ ਹਿੱਸੇ ਨੂੰ ਬਣਾ ਰਹੀਆਂ,
ਹੋ ਸਕਦਾ ਵੀ ਉਹ ਇਸ ਤੋਂ ਵੀ ਜ਼ਿਆਦਾ ਕਾਰਗਰ ਹੋ ਸਕਦਾ, ਉਹਨੂੰ ਸਟੋਰੇਜ ਦੀ ਪ੍ਰੋਬਲਮ ਨਾ ਪਏ। ਦੇਖੋ ਅਮੈਰੀਕਾ ਕੈਨੇਡਾ ਚ ਸਾਡੇ ਕੋਲ -70 ਡਿਗਰੀ ਵਾਲੇ ਵੀ ਅਸੀਂ ਫ੍ਰੀਜ਼ਰ ਲੈ ਲਵਾਂਗੇ, ਲੇਕਿਨ ਧਰਤੀ ਦੇ ਵਿੱਚ ਕਰੀਬਨ 3 ਬਿਲੀਅਨ ਇਨਸਾਨ ਰਹਿੰਦੇ ਜਿਹਨਾਂ ਕੋਲ ਇਲੈਕਟ੍ਰਿਸਿਟੀ ਨਹੀਂ ਹੈਗੀ, ਬਿਜਲੀ ਨਹੀਂ ਹੈਗੀ, ਤੇ ਤੁਸੀਂ ਕਿੱਦਾਂ ਪੜਾਓਗੇ, ਹੈ ਨਾ। ਸੋ ਇਹ ਇਹ ਹੈਗੀ ਆ ਵੀ ਪੂਰੇ ਵਰਲਡ ਨੂੰ ਵੈਕਸੀਨੇਸ਼ਨ ਕਿੱਦਾਂ ਕਰਾਂਗੇ, ਕਿਉਂਕਿ ਜਦ ਤੱਕ 70-80% ਲੋਕ ਪੂਰੇ ਵੈਕਸੀਨੇਟਡ ਨਹੀਂ ਹੋ ਜਾਂਦੇ, ਕੋਵਿਡ ਨੇ ਥੱਲੇ ਨਹੀਂ ਜਾਣਾ। ਸੋ ਇਹਦੇ ਅਜੇ ਵੀ ਟਾਈਮ ਲੱਗੂਗਾ, ਲੇਕਿਨ ਅੱਛੀ ਖ਼ਬਰਾਂ ਆ ਰਹੀਆਂ ਔਰ ਪ੍ਰੋਟੈਕਸ਼ਨ ਲੱਗਦਾ ਵੀ ਜਿਹੜਾ ਆਮ ਹੁਣ ਦੇਖੋ ਅਰਸ਼ ਜੀ ਤੁਸੀਂ ਹੈਲਦੀ ਹੋ ਜਾਂ ਤੁਹਾਨੂੰ ਕੋਈ ਰਿਸਕ ਨਹੀਂ ਹੈਗਾ, ਆਮ ਜਿਹੜਾ ਇਨਸਾਨ ਹੈਗਾ ਜਿਹਨੂੰ ਕੋਈ ਰਿਸਕ ਫੈਕਟਰ ਨਹੀਂ ਆ, ਉਹਨੂੰ ਕਰੀਬਨ 2021 ਦੇ ਅਕਤੂਬਰ ਨਵੰਬਰ ਤੱਕ ਵੇਟ ਕਰਨਾ ਪਊਗਾ, ਸਾਲ ਵੇਟ ਕਰਨਾ ਪਊਗਾ, ਕਿਉਂਕਿ ਪਹਿਲੋਂ ਜਿਹੜੇ ਐਟ ਰਿਸਕ ਪਾਪੂਲੇਸ਼ਨ ਉਹਨਾਂ ਨੂੰ ਮਿਲਦੀ। ਬਿਲਕੁਲ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਜਿਹੜਾ ਵੈਕਸੀਨੇਸ਼ਨ ਜਦੋਂ ਆਊਗੀ ਤਾਂ ਕਿਸ ਤਰ੍ਹਾਂ ਉਹਨੂੰ ਵੰਡਿਆ ਜਾਊਗਾ ਲੋਕਾਂ ਦੇ ਵਿੱਚ, ਕਿਉਂਕਿ ਜੇ ਅਸੀਂ WHO ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਮਾਈਕਲ ਰਿਆਨ ਆ ਉਹਨਾਂ ਨੇ ਕਿਹਾ ਕਿ 1 ਬਿਲੀਅਨ ਤੱਕ ਲੋਕਾਂ ਨੂੰ ਦਿੱਤੀ ਜਾਊਗੀ 2021 ਤੱਕ ਵੈਕਸੀਨ, ਪਰ ਬਹੁਤ ਸਾਰੇ ਅਜਿਹੇ ਲੋਕ ਰਹਿ ਜਾਣਗੇ ਜਿਵੇਂ ਤੁਸੀਂ ਦੱਸਿਆ ਕਿ ਵਰਲਡ ਵਾਈਡ ਬਹੁਤ ਸਾਰੀਆਂ ਅਜਿਹੀਆਂ ਕੰਟਰੀਆਂ ਹੈਗੀਆਂ ਜਿਨ੍ਹਾਂ ਨੂੰ ਅਜੇ ਵੀ ਔਖਾ, ਜਿਹਨਾਂ ਕੋਲ ਪਾਵਰ ਨਹੀਂ ਹੈਗੀ, ਉਹਨਾਂ ਕੋਲ ਬਹੁਤ ਲੇਟ ਇਹ ਦਵਾਈ ਜਾਣੀ ਹੈ, ਪਰ ਫਿਰ ਵੀ ਜੇ ਅਸੀਂ ਟੈਡਰੋਸ ਦੀ ਮੰਨੀਏ ਤਾਂ ਉਹ ਕਹਿ ਰਹੇ ਆ, ਚੀਫ ਹੈ ਜਿਹੜੇ WHO ਦੇ, ਉਹ ਕਹਿ ਰਹੇ ਆ ਕਿ ਜੇ ਵੈਕਸੀਨ ਲੱਗ ਵੀ ਜਾਂਦੀ ਹੈ ਸ਼ਾਇਦ ਉਸ ਤੋਂ ਬਾਅਦ ਵੀ ਕਰੋਨਾ ਸਾਡੇ ਵਿੱਚ ਰਹੇ, ਸ਼ਾਇਦ ਉਸ ਤੋਂ ਬਾਅਦ ਵੀ ਸਾਨੂੰ ਆਈਸੋਲੇਟ ਕਰਨ ਦੀ ਲੋੜ ਪਵੇ, ਅਜਿਹਾ ਕਿਉਂ? ਦੇਖੋ ਜਿਹੜਾ ਨਾ ਇਹ ਰਿਸਰਚ ਆ ਇਹ ਦੱਸ ਰਿਹਾ ਵੀ ਜਿਹੜੇ ਕੋਵਿਡ ਆ ਉਸ ਤੋਂ ਪ੍ਰੋਟੈਕਸ਼ਨ ਹੋਈ, ਲੇਕਿਨ ਕੀ ਉਹ ਵਿਅਕਤੀ ਆਪ ਪ੍ਰੋਟੈਕਟਿਡ ਆ, ਕਿਸੇ ਹੋਰ ਨੂੰ ਦੇਣ ਚ ਅਸਮਰਥ ਆ ਕਿ ਸਮਰਥ ਆ, ਇਹ ਕੁਐਸਚਨ ਅਜੇ ਕਿਸੇ ਨੇ ਨਹੀਂ ਆਨਸਰ ਕੀਤਾ। ਸਮਝੋ ਮੈਨੂੰ ਵੈਕਸੀਨ ਫਾਈਜ਼ਰ ਦੀ ਜਾਂ ਮੋਡਰਨਾ ਦੀ, ਹੈ ਨਾ, ਕੋਵਿਡ ਮੇਰੇ ਚਲਾ ਗਿਆ, ਮੈਨੂੰ ਪ੍ਰੋਟੈਕਸ਼ਨ ਮਿਲ ਰਹੀ ਆ, ਕੀ ਮੈਂ ਖੰਘ ਕੇ ਉਹਨੂੰ ਟਰਾਂਸਮਿਟ ਕਰ ਰਿਹਾ? ਇਹਦਾ ਜਵਾਬ ਨਹੀਂ ਹੈਗਾ ਵੀ ਉਹਦਾ ਮਤਲਬ ਵੀ ਕੋਵਿਡ ਟੋਟਲ ਉਹਨੂੰ ਕਿਲ ਕੀਤਾ ਜਾ ਰਿਹਾ, ਵੈਕਸੀਨ ਨੇ ਕਰ ਦਿੱਤਾ ਮੇਰੀ ਬੋਡੀ 'ਚ ਕਿ ਮੈਨੂੰ ਪਤਾ ਹੀ ਨਹੀਂ ਮੈਂ ਫੈਲਾ ਰਿਹਾ। ਸੋ ਇਹ ਜਿਹੜੇ ਹੈਗੇ ਜਵਾਬ ਕੋਈ ਨਹੀਂ ਦੇ ਪਾਊਗਾ, ਇਹਨੂੰ ਵੇਟ ਕਰਨਾ ਪੈਣਾ। ਔਰ ਇਹ ਕਈ ਵਾਰ ਮਤਲਬ ਕਈ ਵਾਰ ਅੱਛੀਆਂ ਖ਼ਬਰਾਂ ਬਹੁਤ ਵਧੀਆ ਲੱਗਦੀਆਂ, ਲੇਕਿਨ ਜਦੋਂ ਪ੍ਰੈਕਟੀਕਲੀ ਆਪਾਂ ਦੇਖਦੇ ਹਾਂ ਉਦੋਂ ਪਤਾ ਲੱਗਦਾ ਵੀ ਇਹਦਾ ਫਾਈਨਲ ਅਸਰ ਕੀ ਸੀ। ਸੋ ਇਸ ਲਈ ਮੈਂ ਫੇਰ ਕਹਿ ਰਿਹਾ ਵੀ ਅਜੇ 1-2 ਸਾਲ ਕੋਵਿਡ ਜੀ ਤੋਂ ਸਾਡਾ ਛੁਟਕਾਰਾ ਨਹੀਂ ਆ, ਲੇਕਿਨ ਉਹਦਾ ਅੰਤ ਜਿਹੜਾ ਕੋਵਿਡ ਦਾ ਸਾਹਮਣੇ ਨਜ਼ਰ ਆ ਰਿਹਾ, ਕਿਉਂਕਿ ਬਹੁਤ ਸਾਰੀਆਂ ਕੰਪਨੀ ਈਵਨ ਕੈਨੇਡਾ 'ਚ ਜਿਹੜੀ ਹੈਗੀ ਆ ਮੈਡੀਕਲ ਕੰਪਨੀ ਆ ਜਿਹੜੀ ਦਰਖਤਾਂ ਦੇ ਸੈੱਲ ਆ ਉਹਨੂੰ ਲੈ ਕੇ ਬਣਾ ਰਹੀ ਆ, ਉਹਨੂੰ ਕਹਿੰਦੇ ਮੈਂ ਉਹਦਾ ਨਾਂ ਰੱਖਿਆ ਵੈਜੀ ਵੈਕਸੀਨ, ਵੈਜੀਟੇਰੀਅਨ ਵੈਕਸੀਨ, ਕਿਉਂਕਿ ਬਾਕੀ ਸਾਰੇ ਵੈਕਸੀਨ ਅੰਡਿਆਂ ਦੇ ਹੁੰਦੇ ਆ ਨਾ, ਉਹ ਫਿਲਟਰ ਤਾਂ ਹੋ ਜਾਂਦੇ, ਕੋਈ ਅੰਡੇ ਦਾ ਪਾਰਟੀਕਲ ਨਹੀਂ ਦਿੰਦਾ। ਸੋ ਇਹਨਾਂ ਦੀ ਫੇਜ਼ 1 ਟ੍ਰਾਇਲ ਮੁਕੰਮਲ ਹੋ ਗਈ 100 ਲੋਕਾਂ ਦੇ ਉੱਤੇ, ਬੜਾ ਅੱਛਾ ਇਹਨਾਂ ਦਾ ਵੀ ਰਿਸਪੌਂਸ ਆਇਆ। ਸੋ ਇਹਨਾਂ ਦੀ ਅਜੇ 2 ਹੋਣੀ ਆ, ਫੇਜ਼ 3 ਹੋਣੀ ਆ, ਤੇ ਹੈਲਥ ਕੈਨੇਡਾ ਨੇ 70 ਮਿਲੀਅਨ ਡੋਜ਼ਸ ਉਹਨਾਂ ਦੇ ਨਾਲ ਵੀ ਸੰਧੀ ਸਾਈਨ ਕੀਤੀ ਆ, $173 ਮਿਲੀਅਨ ਉਹਨਾਂ ਨੂੰ ਗ੍ਰਾਂਟ ਵੀ ਦਿੱਤੀ ਹੈ ਰਿਸਰਚ ਵਾਸਤੇ। ਜੀ ਬਿਲਕੁਲ, ਤੇ ਨਾਲ ਨਾਲ ਹੁਣ ਜਿਵੇਂ ਸੈਕਿੰਡ ਵੇਵ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਅਸੀਂ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੇਖੀਏ ਤਾਂ ਉੱਥੇ ਬਹੁਤ ਘੱਟ ਕੇਸ ਹੈ, 1-2 ਕੇਸ ਜਿਹੜੇ ਰੋਜ਼ ਉਹਨਾਂ ਨੂੰ ਦੇਖ ਰਹੇ ਹੈਗੇ ਆ। ਸੋ ਨਾਲ ਨਾਲ ਉਹਨਾਂ ਦੇ ਵੱਲੋਂ ਅੱਗੇ ਟਰੈਵਲ ਦੀਆਂ ਰਿਸਟ੍ਰਿਕਸ਼ਨਸ ਵੀ ਹਟਾਈਆਂ ਜਾ ਰਹੀਆਂ ਨੇ, ਪਰ ਅਸੀਂ ਕੈਨੇਡਾ ਅਮੈਰੀਕਾ ਦੇ ਵਿੱਚ ਦੇਖਦੇ ਹਾਂ ਤਾਂ ਬਹੁਤ ਜ਼ਿਆਦਾ ਕੇਸ ਵੱਧ ਰਹੇ ਹੈਗੇ ਨੇ। ਡਾਕਟਰ ਫਾਊਚੀ ਨੇ ਵੀ ਕਿਹਾ ਕਿ ਕੈਨੇਡਾ ਨੂੰ ਜਿਹੜਾ ਆਉਣ ਵਾਲਾ ਸਮਾਂ ਹੈ ਬਹੁਤ ਡਾਰਕ ਦੇਖਣਾ ਪਊਗਾ। ਤੁਹਾਨੂੰ ਕੀ ਲੱਗਦਾ ਕਿ ਇਹ ਫਲੂ ਸੀਜ਼ਨ ਹੀ ਹੈ ਜਾਂ ਸਾਡੇ ਵੱਲੋਂ ਅਣਗਹਿਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਸੋ ਸਾਰਿਆਂ ਦਾ ਮਿਕਸਚਰ ਹੈ ਜਿਹੜੇ ਕੇਸ ਜਿਹੜੇ ਵੱਧ ਰਹੇ ਨੇ? ਦੇਖੋ ਫਲੂ ਦੀ ਤੇ ਗੁੱਡ ਨਿਊਜ਼ ਹੈਗੀ ਆ, ਜਿਵੇਂ ਪਿਛਲੇ ਵਰੇ ਇਸ ਹਫ਼ਤੇ ਦੇ ਵਿੱਚ ਕਰੀਬਨ 611 ਫਲੂ ਹੋ ਚੁੱਕਿਆ ਸੀ ਲੋਕਾਂ ਨੂੰ ਕੈਨੇਡਾ 'ਚ, ਇਸ ਵਰੇ ਸਿਰਫ 17 ਨੂੰ ਹੋਇਆ। ਸੋ ਫਲੂ ਤੋਂ ਤਾਂ ਸਾਡਾ ਛੁਟਕਾਰਾ ਬਹੁਤ ਅੱਛਾ ਆ, ਔਰ ਅਸੀਂ ਸਾਰਿਆਂ ਨੇ ਪ੍ਰਚਾਰ ਵੀ ਕੀਤਾ ਸੀ ਫਲੂ ਸ਼ੋਟ ਲਾਓ, ਲੇਕਿਨ ਜਿਹੜਾ ਅਸੀਂ ਕੋਵਿਡ ਦੇ ਨਾਲ ਕਰ ਰਹੇ ਹਾਂ, ਮਾਸਕ ਲਾਉਂਦੇ ਹਾਂ, ਹੱਥ ਧੋਂਦੇ ਹਾਂ, ਜਿਹੜੀ ਜਿਸਮ ਦੀ ਦੂਰੀ ਰੱਖਦੇ ਹਾਂ, ਉਹ ਇਨਫਲੂਐਂਜ਼ਾ ਤੋਂ ਵੀ ਪ੍ਰੋਟੈਕਟ ਕਰ ਰਹੀ ਹੈ। ਇਹੀ ਆਸਟ੍ਰੇਲੀਆ ਦੇ ਮਾਡਲ ਨੇ ਸ਼ੋਅ ਕੀਤਾ ਸੀ। ਹੁਣ ਆਸਟ੍ਰੇਲੀਆ ਕਿਉਂ ਗੁੱਡ ਕੰਡੀਸ਼ਨ 'ਚ ਹੈਗਾ, ਕਿਉਂਕਿ ਉੱਥੇ ਆਲਮੋਸਟ ਸਮਰ ਸ਼ੁਰੂ ਆ, ਕਿਉਂਕਿ ਸਦਰਨ ਹੈਮੋਸਫੀਅਰ 'ਚ ਮੌਸਮ ਵਿਪਰੀਤ ਹੋਊਗਾ। ਦੇਖੋ ਸਭ ਤੋਂ ਵਧੀਆ ਮਾਰਕ ਮਿਲਣਗੇ ਨਿਊਜ਼ੀਲੈਂਡ ਨੂੰ, ਜਸਿੰਡਾ ਆਰਡਨ ਨੂੰ, 5 ਮਿਲੀਅਨ ਦੀ ਉਹਨਾਂ ਦੀ ਕੰਟਰੀ ਹੈ, ਸਿਰਫ 2000 ਕੇਸਿਸ ਹੋਏ ਤੇ ਸਿਰਫ 20 ਮੌਤਾਂ ਹੋਈਆਂ। 5 ਮਿਲੀਅਨ ਦਾ ਹੈਗਾ ਪ੍ਰੋਵਿੰਸ, ਲੇਕਿਨ ਤੁਸੀਂ ਦੇਖ ਲਓ ਕਿੰਨੇ 22,000 ਤੋਂ ਉੱਤੇ ਕੇਸਿਸ, 310 ਔਰ ਅਜੇ ਮੌਤਾਂ ਹੋਰ ਹੋਣੀਆਂ। ਸੋ ਕੈਨੇਡਾ ਦੇ ਵਿੱਚ ਇਸ ਵੇਲੇ ਕਰੀਬਨ 11,000 ਲੋਕੀ ਇਸ ਤੋਂ ਜਾਨ ਗਵਾ ਬੈਠੇ ਆ,
ਇਹ ਕੋਈ ਮਤਲਬ ਗੱਲ ਮੈਂ ਮੈਡੀਕਲੀ ਕਹਿਣਾ ਚਾਹੁੰਦਾ ਵੀ ਹੋ ਸਕਦਾ ਵੀ ਟੋਟਲ ਇਹ ਨੰਬਰ ਜਦ ਤੱਕ ਇਹ ਮਹਾਂਮਾਰੀ ਨਹੀਂ ਹਟਦੀ 20,000 ਤੱਕ ਪੜੂਗਾ। ਮੈਂ ਰੋਜ਼ ਕਰੀਬਨ 800 ਤੋਂ 1,000 ਲੋਕੀ ਆਪਣੀ ਜਾਨ ਖੋ ਰਹੇ ਹੈ ਇਸ ਤੋਂ। ਕੈਨੇਡਾ ਦੇ ਵਿੱਚ ਵੀ ਕਰੀਬਨ 100 ਦੇ ਲਾਗੇ ਚਾਗੇ ਅੰਕੜਾ ਹੈਗਾ। ਸਾਡਾ ਜਿਹੜਾ ਕੰਟਰੋਲ ਜਿਹੜਾ ਹੱਥੋਂ ਲੰਘਿਆ ਉਹਦੀ ਮੇਨ ਜ਼ਿੰਮੇਵਾਰ ਅਸੀਂ ਆਪ ਹਾਂ, ਕਿਉਂਕਿ ਅਸੀਂ ਬਹੁਤ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਘਰਾਂ ਦੇ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਹੋ ਗਿਆ। ਨਾਲੇ ਜਦੋਂ ਸਿਆਲ ਹੁੰਦੇ ਆ ਆਪਾਂ ਫਿਰ ਬਾਹਰ ਤਾਂ ਕੁਛ ਕਰ ਨਹੀਂ ਸਕਦੇ, ਘਰ ਦੇ ਵਿੱਚ ਹੀ ਹੋਣਾ ਪਊਗਾ। ਸੋ ਉਹ ਫਿਜ਼ੀਕਲ ਨੇੜਤਾ ਕਰਕੇ ਇਹ ਵਾਇਰਸ ਜੀ ਜਿਹੜਾ ਹੈਗਾ ਜ਼ਿਆਦਾ ਸਪਰੈਡ ਹੋਇਆ। ਡਾਕਟਰ ਪੁਰਜੀ, ਇੱਕ ਕੰਸਰਨਿੰਗ ਪੁਆਇੰਟ ਹੋਰ ਹੈਗਾ ਆ ਕਿ ਸਾਨੂੰ ਸਾਰਿਆਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਜਾ ਰਿਹਾ, ਫਿਰ ਤੋਂ ਉਹੀ ਰਿਸਟ੍ਰਿਕਸ਼ਨਸ ਸਾਹਮਣੇ ਆ ਗਈਆਂ ਕਿ ਸਿਰਫ ਤੁਸੀਂ ਆਪਣੇ ਘਰ ਦੇ ਵਿੱਚ ਜਿਨ੍ਹਾਂ ਦੇ ਨਾਲ ਰਹਿੰਦੇ ਆ ਸਿਰਫ ਉਹਨਾਂ ਦੇ ਨਾਲ ਹੀ ਮਿਲੋ ਜੁਲੋ ਅਤੇ ਨਾਲ ਤੁਸੀਂ ਆਪਣੇ ਨੇਬਰਹੁੱਡ ਦੇ ਵਿੱਚ ਹੀ ਰਹੋ, ਤੁਸੀਂ ਬਾਹਰ ਟਰੈਵਲ ਵੀ ਨਾ ਕਰੋ, ਈਵਨ ਪ੍ਰੋਵਿੰਸ ਦੇ ਵਿੱਚ ਵੀ ਟਰੈਵਲ ਨਾ ਕਰੋ। ਅਤੇ ਨਾਲ ਨਾਲ ਅੱਜ ਸਾਡੇ ਪ੍ਰੀਮੀਅਰ ਨੇ ਵੀ ਕਹਿ ਦਿੱਤਾ ਹੈ ਕਿ ਨੈਸ਼ਨਲ ਜਿਹੜਾ ਅਸੀਂ ਟਰੈਵਲ ਕਰਦੇ ਹਾਂ ਉਹਨੂੰ ਵੀ ਬੈਨ ਹੋਣਾ ਚਾਹੀਦਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਉਹ ਰਿਸਟ੍ਰਿਕਸ਼ਨਸ ਵੀ ਦਿਖ ਜਾਣਗੀਆਂ। ਪਰ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਸਕੂਲ ਅਜੇ ਵੀ ਖੁੱਲ੍ਹੇ ਆ, ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਹੋ ਰਿਹਾ, ਕਿਉਂਕਿ ਅਮੈਰੀਕਾ ਦੇ ਵਿੱਚ ਦੇਖੀਏ ਤਾਂ 10 ਲੱਖ ਤੋਂ ਉੱਤੇ ਜਿਹੜੇ ਬੱਚੇ ਪ੍ਰਭਾਵਿਤ ਹੋਏ ਆ ਕਰੋਨਾ ਵਾਇਰਸ ਤੋਂ। ਮੈਂ ਮੰਨਦਾ ਹਾਂ, ਲੇਕਿਨ ਅਸੀਂ ਦੇਖਿਆ ਇੱਥੇ, ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਿਹੜਾ ਵਰਕ ਪਲੇਸ ਆ, ਜਿਹੜੀ ਫੈਕਟਰੀਆਂ, ਸਲੋਨ ਆ, ਰੈਸਟੋਰੈਂਟ ਆ ਔਰ ਸਕੂਲ, ਕੇਸਿਸ ਇੱਥੋਂ ਨਹੀਂ ਆ ਰਹੇ, ਉੱਕਾ ਬੁੱਕਾ ਆ ਰਹੇ, ਬਹੁਤ ਘੱਟ, ਜ਼ਿਆਦਾ ਕੇਸਿਸ ਘਰਾਂ ਦੇ ਵਿੱਚੋਂ ਆ ਰਹੇ, ਸੋਰੀ। ਸੋ ਇਹਦੇ ਵਿੱਚ ਸਕੂਲ ਦੇ ਵਿੱਚ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹ ਰੱਖਿਆ ਜਾਂਦਾ, ਬਹੁਤੇ ਸਾਰੇ ਬੱਚੇ ਮਾਸਕ ਪਾਉਣਾ ਗਿੱਜ ਗਏ ਆ, ਫੈਮਿਲੀਜ਼ ਨੇ ਟੀਚ ਕੀਤਾ, ਹੈਂਡ ਸੈਨੇਟਾਈਜੇਸ਼ਨ ਹੈਗਾ, ਉਹ ਪ੍ਰੋਪਰ ਪ੍ਰੋਟੋਕੋਲ ਫੋਲੋ ਕਰ ਰਹੇ ਆ। ਕੁਛ ਇੱਕ ਪ੍ਰੋਵਿੰਸ 'ਚ ਗੱਲ ਚੱਲਦੀ ਸੀ ਵੀ ਲੌਂਗਰ ਵਿੰਟਰ ਬ੍ਰੇਕ ਦਿੱਤਾ ਜਾਏ, ਲੇਕਿਨ ਅਜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਇਹਦੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ। ਕਿ ਕੈਨੇਡਾ ਦੇ ਵਿੱਚ ਬਹੁਤ ਘੱਟ ਬੱਚਿਆਂ ਨੂੰ ਕੋਵਿਡ ਹੋਇਆ, ਮੇਰੇ ਖਿਆਲ ਨਾਲ ਨੰਬਰ 10,000 ਤੋਂ ਥੱਲੇ ਹੋਊਗਾ। ਉਹਦੇ ਵਿੱਚੋਂ ਸਿਰਫ 150 ਬੱਚਿਆਂ ਨੂੰ ਹਸਪਿਟਲ 'ਚ ਜਾਣਾ ਪਿਆ ਔਰ ਕਰੀਬਨ 18-20 ਬੱਚੇ ICU 'ਚ ਗਏ, ਲੇਕਿਨ ਕਿਸੇ ਦੀ ਮੌਤ ਨਹੀਂ ਹੋਈ। ਇਹ ਕੋਵਿਡ ਜਿਹੜਾ ਹੈਗਾ ਬੱਚਿਆਂ ਦੇ ਉੱਤੇ ਅਸਰ ਬਿਲਕੁਲ ਮਾਇਲਡ ਰੱਖਦਾ। ਬੱਚੇ ਹਾਂ ਸਕੂਲੋਂ ਘਰ ਲੈ ਕੇ ਜਾ ਸਕਦੇ, ਆਪਣੇ ਬਜ਼ੁਰਗਾਂ ਨੂੰ ਸਿੱਖ ਕਰ ਸਕਦੇ। ਸੇਮ ਪ੍ਰੋਬਲਮ ਯੂਥ ਦੀ ਹੈਗੀ, ਯੂਥ ਦੇ ਵਿੱਚ ਵੀ ਘੱਟ ਜਾਓ। ਇਸ ਵੇਲੇ ਵੀ BC 'ਚ ਜਿਹੜੀ ਐਡਮਿਸ਼ਨ ਆਪਾਂ ਕਹਿ ਰਹੇ ਹਾਂ ਉਹਦੇ 'ਚ ਕੋਈ ਵੀ ਨਹੀਂ ਜੋ ਲੈਸ ਦੈਨ 20 ਈਅਰਸ ਆਫ ਏਜ, ਸਾਰੇ 20 ਈਅਰਸ ਤੋਂ ਉੱਤੇ ਆ। ਅਤੇ ਕੋਈ ਕੱਟ ਅਪ ਕਰਦੇ ਆ 0 to 10, 10 to 20, 20 to 30, ਸੋ 20 ਤੋਂ ਥੱਲੇ ਕੋਈ ਨਹੀਂ ਜੋ। ਸੋ ਮੇਰੇ ਹਿਸਾਬ ਨਾਲ ਮੈਨੂੰ ਪਰਸਨਲ ਲੱਗਦਾ ਵੀ 25 ਤੋਂ ਥੱਲੇ ਵੀ ਕੋਈ ਨਹੀਂ, ਕਿਉਂਕਿ ਜਿਹੜਾ 10, 20 to 30 ਆ ਉਹਦੇ 'ਚ ਹੁਣ 27 ਕਿ 28 ਵਾਲਾ ਉਹੀ ਆਊਗਾ, ਹੈ ਨਾ, 25 ਵਾਲਾ ਵੀ ਆ ਸਕਦਾ। ਲੇਕਿਨ ਇਹ ਯੂਥ ਦੇ ਵਿੱਚ ਵੀ ਘੱਟ ਜੋ, ਲੇਕਿਨ ਯੂਥ ਰਿਸਕ ਬਹੁਤ ਲੈਂਦਾ, ਪਾਰਟੀਆਂ ਬਹੁਤ, ਇੱਕ ਦੂਜੇ ਦੇ ਨਾਲ ਫਿਜ਼ੀਕਲ ਨੇੜਤਾ ਬਹੁਤ ਰੱਖਦਾ, ਹਾਰਮੋਨਸ ਉਹਨਾਂ ਦੇ ਵਿੱਚ ਹੁੰਦੇ, ਹਾਰਮੋਨਸ ਜਿਹੜੇ ਆ ਨਾ ਉਹਨਾਂ ਦੀ ਇੰਟੈਲੀਜੈਂਸ ਨੂੰ ਹਾਈਜੈਕ ਕਰ ਲੈਂਦੇ, ਇਸ ਲਈ ਉਹਨਾਂ ਨੂੰ ਪਤਾ ਤਾਂ ਹੁੰਦਾ ਲੇਕਿਨ ਉਹ ਹਾਰਮੋਨਸ ਦਾ ਜਿਹੜਾ ਹੈਗਾ ਅਸਰ ਉਮਰ ਦਾ ਉਹ ਤਕਾਜ਼ਾ ਹੁੰਦਾ, ਹੈ ਨਾ, ਉਮਰ ਹੁੰਦੀ ਆ, ਸੋ ਉਹ ਵੀ ਇੱਕ ਰਿਸਕ ਹੈਗਾ। ਅਸਿਮਟੋਮੈਟਿਕ ਬੰਦੇ ਵੀ ਬਹੁਤ ਜਿਹੜਾ ਕੋਵਿਡ ਨੂੰ ਫੈਲਾ ਰਹੇ ਨੇ, ਪਰ ਜਦੋਂ ਅਸੀਂ ਜਿਨ੍ਹਾਂ ਨੂੰ ਆਲਰੇਡੀ ਕੋਵਿਡ ਹੋ ਗਿਆ ਸੀ ਉਹਨਾਂ ਤੋਂ ਸੁਣਦੇ ਹਾਂ ਤਾਂ ਕਈ ਕਹਿ ਰਹੇ ਆ ਕਿ ਵੀਕਨੈਸ ਬਹੁਤ ਆ ਗਈ ਹੈ ਸਾਡੇ ਤੋਂ, ਬਹੁਤ ਜਿਹੜੇ ਕੰਮ ਹੈਗੇ ਆ ਉਹ ਹੋ ਨਹੀਂ ਰਹੇ, ਅਸੀਂ ਵਾਕ ਕਰਨ ਵੀ ਨਹੀਂ ਈਵਨ ਜਾ ਸਕਦੇ ਹੈਗੇ। ਕਈ ਕਹਿ ਰਹੇ ਆ ਕਿ ਹਾਰਟ ਨੂੰ ਤੁਹਾਨੂੰ ਲੌਂਗ ਟਰਮ ਇਫੈਕਟ ਹੁੰਦਾ ਆ, ਤੁਹਾਨੂੰ ਕੋਈ ਕਹਿੰਦਾ ਲੰਗਸ ਨੂੰ ਹੁੰਦਾ ਆ। ਸੋ ਇਹ ਲੱਗ ਰਿਹਾ ਕਿ ਇਹ ਬਿਮਾਰੀ ਦੇ ਨਾਲ ਡਿਫਰੈਂਟ ਡਿਫਰੈਂਟ ਇਫੈਕਟ ਹੋ ਰਿਹਾ, ਇਹ ਨਹੀਂ ਕਿ ਸਾਰਿਆਂ ਨੂੰ ਸੇਮ ਸਿਮਟਮਸ ਹੈ ਜਾਂ ਸਾਰਿਆਂ ਨੂੰ ਸੇਮ ਹੈ। ਕਈ ਵਾਰ ਤਾਂ ਇਹ ਵੀ ਸੁਣਨ ਨੂੰ ਮਿਲਿਆ ਕਿ ਐਵਰੀ ਡੇ ਡਿਫਰੈਂਟ ਸਿਮਟਮਸ ਸਾਹਮਣੇ ਆਉਂਦੇ ਨੇ। ਸੋ ਜੇ ਸਾਨੂੰ ਫਲੂ ਦੇ ਥੋੜ੍ਹੇ ਜਿਹੇ ਵੀ ਸਿਮਟਮਸ ਹੈਗੇ ਆ ਤਾਂ ਵੀ ਸਾਨੂੰ ਘਰ ਦੇ ਵਿੱਚ ਰਹਿਣਾ ਚਾਹੀਦਾ। ਸਹੀ ਗੱਲ, ਮਤਲਬ ਅਗਰ ਤੁਹਾਨੂੰ ਕੋਈ ਵੀ ਲੱਛਣ ਹੈਗਾ, ਹੋ ਸਕਦਾ ਉਹ ਇਨਫਲੂਐਂਜ਼ਾ ਹੋਏ, ਹੋ ਸਕਦਾ ਉਹ ਰਾਈਨੋ ਵਾਇਰਸ ਹੋਵੇ, RSV ਹੋਵੇ, ਆਰਥੋਮਿਕਸ ਹੋਵੇ ਜਾਂ ਕੋਵਿਡ ਹੋਵੇ, ਅਗਰ ਮਾਇਲਡ ਲੱਛਣ ਹੈ ਪਲੀਜ਼ ਘਰ 'ਚ ਰਹੋ, ਨਾ ਜਾਓ ਬਾਹਰ, ਹੈ ਨਾ, ਜਦ ਤੱਕ ਤੁਹਾਡੇ ਸਿਮਟਮ ਨਹੀਂ ਹੁੰਦੇ। ਅਗਰ ਤੁਹਾਨੂੰ ਖੰਘ ਬਹੁਤ ਜ਼ਿਆਦਾ ਹੈਗੀ, ਬੁਖਾਰ ਬਹੁਤ ਜ਼ਿਆਦਾ ਚੜ੍ਹ ਰਿਹਾ, ਤੁਹਾਨੂੰ ਲੱਗਦਾ ਵੀ ਸੈਂਸ ਆਫ ਟੇਸਟ ਜਾਂ ਸਮੈਲ ਜਾ ਰਿਹਾ, ਹੋ ਸਕਦਾ ਕੋਵਿਡ ਹੋਵੇ, ਤਾਂ ਟੈਸਟਿੰਗ ਕਰਾ ਸਕਦੇ ਨੇ। ਬਟ ਇੱਕ ਦੂਜੇ ਨੂੰ ਮਿਲਣ ਨਾ ਜਾਓ, ਕੰਮ ਜਿਹੜਾ ਹੈਗਾ ਛੁੱਟੀ ਲੈ ਲਓ, ਸਕੂਲ ਅਗਰ ਕਾਲਜ ਜਾਂਦੇ ਆ ਨਾ ਜਾਓ। ਹੁਣ ਦੂਜੀ ਗੱਲ ਜਿਹੜੀ ਤੁਸੀਂ ਗੱਲ ਦੱਸੀ ਸੀ ਵੀ ਫਿਜ਼ੀਕਲੀ ਬ੍ਰੇਨ ਤੋਂ ਲੈ ਕੇ ਲੱਤਾਂ ਤੱਕ ਸਾਰੇ ਅੰਗਾਂ ਦੇ ਉੱਤੇ ਇਹਦਾ ਅਸਰ ਜਿਹੜਾ ਹੈਗਾ ਸਾਹਮਣੇ ਆਇਆ। ਬ੍ਰੇਨ ਦੇ ਵਿੱਚ ਕਲੋਟਸ ਹੋ ਸਕਦੇ ਆ, ਹਾਰਟ ਦੇ ਵਿੱਚ ਸੋਜ ਹੋ ਸਕਦੀ ਆ, ਹਾਰਟ ਦੇ ਮਸਲ ਕੰਟਰੈਕਸ਼ਨ ਦੇ ਵਿੱਚ ਪ੍ਰੋਬਲਮ ਪੈ ਸਕਦੀ ਆ, ਲੰਗਸ ਦੇ ਵਿੱਚ ਸਕਾਰਿੰਗ ਹੋ ਸਕਦੀ ਹੈ, ਸੋਜ ਹੋ ਸਕਦੀ ਆ, ਆਕਸੀਜਨ ਦੀ ਲੋੜ ਪੈ ਸਕਦੀ ਆ, ਮਸਲਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਸੋਜ ਹੋ ਕੇ ਉਹਨਾਂ ਨੂੰ ਦਰਦ ਹੋ ਸਕਦੀ ਆ, ਬੋਨਸ। ਔਰ ਕੱਲ੍ਹ ਮੈਂ ਜਿਹੜਾ ਸਾਂਝੀ ਕੀਤੀ ਸੀ ਨਿਊਜ਼, ਯੂਨੀਵਰਸਿਟੀ ਆਫ ਮਾਇਮੀ ਤੋਂ ਆਈ ਸੀ, ਕਰੀਬਨ 10-20% ਮਰਦ ਜਿਹੜੇ ਹੈਗੇ ਉਹ ਟੈਸਟੀਕੁਲਰ ਪੇਨ ਵੀ ਕਹਿੰਦੇ ਜਿਹਨਾਂ ਨੂੰ ਕੋਵਿਡ ਹੋਇਆ, ਔਰ ਉਹਦੇ ਵਿੱਚ ਦੇਖਿਆ ਗਿਆ ਵੀ ਉਹਨਾਂ ਦਾ ਸਪਰਮ ਕਾਊਂਟ 39%,
ਘੱਟ ਜਾਂਦਾ ਆਫਟਰ ਕੋਵਿਡ ਇਨਫੈਕਸ਼ਨ। ਸੋ ਜਿੱਦਾਂ ਮੰਮਸ ਜਿਹਨੂੰ ਕੰਨ ਪੀੜ ਕਹਿੰਦੇ ਆ, ਕੰਨ ਦੇ ਇੱਥੇ ਸੋਚਣ ਦੇ ਸਾਡੇ ਗੱਲ ਹੈ ਨਾ, ਜਿਹਨੂੰ ਕਹਿੰਦੇ ਅੰਗਰੇਜ਼ੀ ਚ, ਉਹਦਾ ਵੈਕਸੀਨ ਹੈਗਾ ਬੱਚਿਆਂ ਨੂੰ, ਉਹ ਵੀ ਵਾਇਰਸ ਜਿਹੜਾ ਹੈਗਾ ਟੈਸਟੀਕਲਸ ਨੂੰ ਅਫੈਕਟ ਕਰਦਾ, ਕਿਤੇ ਨਾ ਕਿਤੇ ਕੋਵਿਡ ਵੀ ਸ਼ਾਇਦ ਕਰਦਾ। ਸੋ ਹੈਡ ਟੂ ਟੋ ਕੋਈ ਵੀ ਅੰਗ ਨੂੰ ਕਰਦਾ, ਇਹ ਤਾਂ ਹੈਗਾ ਫਿਜ਼ੀਕਲ ਡਾਇਮੈਂਸ਼ਨ। ਅਮੈਰੀਕਾ ਤੋਂ ਰਿਸਰਚ ਆਈ ਸੀ ਪਿਛਲੇ ਹਫ਼ਤੇ ਵੀ ਜਿਹਨੂੰ ਵੀ ਕੋਵਿਡ ਹੋਇਆ, ਆਉਣ ਵਾਲੇ 90 ਦਿਨਾਂ ਦੇ ਵਿੱਚ 22% ਲੋਕ ਕੁਛ ਨਾ ਕੁਛ ਸਾਈਕਾਟ੍ਰਿਕ ਡਾਇਗਨੋਸਿਸ ਉਹਨਾਂ ਨੂੰ ਮਿਲ ਰਿਹਾ, ਐਂਗਜ਼ਾਇਟੀ, ਡਿਪਰੈਸ਼ਨ, ਕੁਛ ਨਾ ਕੁਛ। ਸੋ ਤੁਸੀਂ ਦੇਖ ਲਓ ਵੀ ਸਰੀਰ ਦੇ ਉੱਤੇ ਔਰ ਮਨ ਦੇ ਉੱਤੇ ਇਹਦਾ ਅਸਰ ਕੀ ਹੈ। ਸੋ ਇਸ ਲਈ ਬਚੇ ਰਹੋ, ਬਚੇ ਰਹਿਣ ਦੇ ਉਪਾਏ ਬੜੇ ਸੌਖੇ ਜੋ ਜਿਹੜੇ ਬਾਰ ਬਾਰ ਅਸੀਂ ਤੁਹਾਨੂੰ ਕਹਿੰਦੇ ਹਾਂ। ਆਪਾਂ ਆਪਣੇ ਆਪ ਦੇ ਉੱਤੇ ਸੈਲਫ ਆਈਸੋਲੇਸ਼ਨ ਕਿਉਂ ਨਾ ਇੰਪੋਜ਼ ਕਰੀਏ? ਅਗਰ ਗਵਰਨਮੈਂਟ ਕਰੂਗੀ ਤਾਂ ਫਿਰ ਜਬਰਨ ਸਾਨੂੰ ਉਹ ਰੂਲ ਹੈ, ਲਾਅ ਐਂਡ ਆਰਡਰ ਫੋਲੋ ਤਾਂ ਕਰਨਾ ਪਊਗਾ। ਆਪਾਂ ਕਿਉਂ ਨਾ ਆਪਣੇ ਉੱਤੇ ਕਰੀਏ, ਔਰ ਅਗਰ ਆਪਾਂ ਬਚੇ ਰਹੇ ਔਰ ਵੈਕਸੀਨ ਮਿਲ ਗਈ, ਬਿਲਕੁਲ। ਤੁਸੀਂ ਜਿਵੇਂ ਕਿਹਾ ਕਿ ਮਨ ਦੇ ਉੱਤੇ ਬਹੁਤ ਜ਼ਿਆਦਾ ਇਹਦਾ ਅਸਰ ਪੈ ਰਿਹਾ ਹੈਗਾ ਆ, ਕਿਉਂਕਿ ਹੁਣ ਟਾਈਮ ਵੀ ਚੇਂਜ ਹੋ ਗਿਆ ਆ, ਦਿਨ ਛੋਟੇ ਰਹਿ ਗਏ ਹੈਗੇ, ਹਨੇਰਾ ਛੇਤੀ ਹੋ ਗਿਆ, ਉੱਦਾਂ ਵੀ ਸਾਨੂੰ ਇੱਦਾਂ ਲੱਗਦਾ ਕਿ ਬਹੁਤ ਛੋਟੇ ਦਿਨ ਹੈਗੇ ਆ, ਅਤੇ ਅਸੀਂ ਵਿੰਟਰ ਨੂੰ ਹਮੇਸ਼ਾ ਆਹੀ ਸੋਚਦੇ ਹਾਂ ਕਿ ਡਿਪਰੈਸ਼ਨ ਦੇ ਜਿਹੜੇ ਕੇਸ ਹੈਗੇ ਆ, ਮੈਂਟਲ ਹੈਲਥ ਦੇ ਕੇਸ ਹੈਗੇ ਆ, ਵਿੰਟਰ ਦੇ ਵਿੱਚ ਜ਼ਿਆਦਾ ਆਉਂਦੇ ਆ। ਹੁਣ ਕੋਵਿਡ ਕਰਕੇ ਫਿਰ ਲੋਕ ਆਈਸੋਲੇਸ਼ਨ ਦੇ ਵਿੱਚ ਹੈਗੇ ਆ, ਉਹਨਾਂ ਸਾਰੇ ਲੋਕਾਂ ਨੂੰ ਕੀ ਮੈਸੇਜ ਹੈਗਾ ਤੁਹਾਡਾ, ਅਤੇ ਜਿਹੜੇ ਲੋਕ ਹੈਲਥੀ ਹੈਗੇ ਆ, ਫਿੱਟ ਹੈਗੇ ਆ, ਉਹਨਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਆਪਾਂ ਆਈਸੋਲੇਸ਼ਨ 'ਚ ਹੈਗੇ ਹਾਂ, ਲੇਕਿਨ ਅਸੀਂ ਆਈਸੋਲੇਸ਼ਨ 'ਚ ਨਹੀਂ ਰਹਿ ਸਕਦੇ ਅਗਰ ਡਿਜੀਟਲੀ ਆਪਾਂ ਕਮਿਊਨੀਕੇਟ ਕਰਦੇ ਰਹੀਏ। ਆਈਸੋਲੇਸ਼ਨ ਹੈ ਉਹ ਸਰੀਰ ਦਾ, ਜਿਹੜਾ ਮਨ ਦੇ ਤੌਰ ਦੇ ਉੱਤੇ ਆਪਾਂ ਕਿਸੇ ਨਾਲ ਵੀ ਗੱਲਾਂ ਬਾਤਾਂ ਕਰ ਸਕਦੇ ਹਾਂ, ਔਰ ਅਸੀਂ ਸੋਸ਼ਲ ਐਨੀਮਲ ਹੈਗੇ ਹਾਂ, ਸਾਨੂੰ ਰੋਜ਼ ਕੋਈ ਨਾ ਕੋਈ ਇਹੋ ਜਿਹੇ ਕੰਮ ਕਰਨੇ ਚਾਹੀਦੇ ਵੀ ਲੋਕਾਂ ਦੇ ਨਾਲ। ਗੁਰੂ ਮਹਾਰਾਜ ਕਹਿੰਦੇ, ਜਦ ਤੱਕ ਦੁਨੀਆ ਨਾਨਕ ਰਹੀਏ, ਕੁਛ ਸੁਣੀਏ ਕੁਛ ਕਹੀਏ, ਕਿਸੇ ਦੀ ਸੁਣੋ, ਕਿਸੇ ਨੂੰ ਆਪਣੀ ਗੱਲ ਦੱਸੋ, ਔਰ ਆਪਣੇ ਅਗਰ ਦੁੱਖ ਹੈਗੇ ਤੁਹਾਨੂੰ ਚਿੰਤਾਵਾਂ ਹੈਗੀ। ਮੈਂ ਤੁਹਾਨੂੰ ਦੱਸਦਾ, ਮੈਨੂੰ ਇੱਕ ਫੋਨ ਕਾਲ ਆਇਆ ਸੀ ਅੱਜ ਸਵੇਰੇ, ਤੇ ਉਹਦਾ ਨਾਂ ਨਹੀਂ ਲੈਣਾ, ਉਹ ਕਹਿੰਦੇ ਵੀ ਮੈਨੂੰ ਕੋਵਿਡ ਹੋਇਆ, ਯੰਗ ਵੂਮਨ, ਮੈਂ ਆਈਸੋਲੇਸ਼ਨ 'ਚ ਹੈਗੀ ਹਾਂ, ਬਟ ਮੇਰੇ ਮਨ 'ਚ ਨੈਗੇਟਿਵ ਥੋਟ ਬਹੁਤ ਆ ਰਹੇ ਆ। ਤੇ ਮੈਂ ਕਿਹਾ ਵੀ ਤੁਸੀਂ ਏਦਾਂ ਕਰੋ ਵੀ ਵਾਹਿਗੁਰੂ ਦਾ ਸਿਮਰਨ ਕਰੋ, ਪੋਜ਼ਿਟਿਵ ਆਊਟਲੁੱਕ ਰੱਖੋ, ਡਿਜੀਟਲੀ ਆਪਣੇ ਫਰੈਂਡਸ, ਫੈਮਿਲੀ, ਸਿਸਟਰ, ਬ੍ਰਦਰ ਨਾਲ ਗੱਲ ਕਰੋ, ਬੁੱਕ ਦੇ ਵਿੱਚ ਥੋਟਸ ਲਿਖੋ। ਔਰ ਦੇਖੋ, ਇੱਕ ਸਮਝੋ ਸੀਰੀਅਲ ਦਾ ਬੋਲ ਹੈਗਾ, ਤੁਸੀਂ ਸੀਰੀਅਲ ਪਾਇਆ, ਰਾਈਟ? ਅਗਰ ਹੋ ਗਿਆ ਉਹਦੇ ਬਾਅਦ ਪਾਈ ਜਾਓਗੇ ਤਾਂ ਡੁੱਲੀ ਜਾਣਾ, ਰਾਈਟ? ਹੁਣ ਉਹਦੇ 'ਚ ਕੋਈ ਚੀਜ਼ ਪਈ ਹੈ, ਦੂਜੀ ਚੀਜ਼ ਪਾਓਗੇ ਜਿਹੜੀ ਹੈਵੀ ਆ, ਉਹਨੇ ਜਿਹੜਾ ਰਾਈਸ ਅਪ ਹੋ ਕੇ ਨਿਕਲ ਜਾਣਾ। ਅਗਰ ਮਨ ਦੇ 'ਚ ਨੈਗੇਟਿਵ ਥੋਟ ਆ, ਪਰਮੇਸ਼ੁਰ ਦਾ ਨਾਂ ਪਾਓਗੇ, ਉਹ ਅੰਦਰ ਸਿੰਕਿੰਗ ਹੋਣਾ ਚਾਹੀਦਾ, ਤੇ ਦੂਜੇ ਜਿਹੜੇ ਥੋਟ ਆ ਬਾਹਰ ਡਿੱਗੀ ਜਾਣਾ। ਇਹ ਵੀ ਇੱਕ ਆਰਟ ਹੁੰਦਾ, ਇੱਕ ਟੈਕਨੀਕ ਹੁੰਦਾ, ਇੱਕ ਮੋਡੈਲਿਟੀ ਹੁੰਦੀ ਆ, ਕਿਉਂਕਿ ਚਿੰਤਤ ਹੀ ਦੀਸੇ ਸਭ ਕੋਈ, ਸਾਰੇ ਵਿਅਕਤੀ ਆ ਉਹ ਚਿੰਤਾ ਦੇ। ਮੈਂ ਬੱਚੇ ਦੇਖ ਰਹੇ ਜਿਹਨਾਂ ਨੂੰ ਪੈਨਿਕ ਅਟੈਕ, ਐਂਗਜ਼ਾਇਟੀ ਵਗੈਰਾ ਹੋ ਰਹੀ ਹੈ, ਅਕਸਰ ਰੋਜ਼ ਆ ਰਹੇ ਬੱਚੇ। ਚਿੰਤਾ ਹੀ ਦੀਸੇ ਸਭ ਕੋਈ, ਚੇਤੇ ਏਕ ਤਾਂ ਸੁਖ ਹੋਏ। ਇੱਕ ਕੌਣ ਆ? ਪਰਿਪੂਰਨ ਪਰਮਾਤਮਾ, ਜਿਹਨੂੰ ਗੋਡ, ਈਸ਼ਵਰ, ਅੱਲਾ, ਖੁਦਾ, ਵਾਹਿਗੁਰੂ, ਜੋ ਮਰਜ਼ੀ ਨਾਂ ਦੇਣਾ ਦੇ ਲਓ, ਕਿਉਂਕਿ ਨਾਂ ਤੁਸੀਂ ਦਿੱਤਾ, ਉਹ ਅਨਾਮੀ ਆ, ਉਹਦਾ ਕੋਈ ਨਾਂ ਨਹੀਂ ਹੈਗਾ। ਸੋ ਇਸ ਚਿੰਤਾ ਜਿਹੜੀ ਹੈਗੀ ਆ, ਉਹਨੂੰ ਡਿਸਕਸ਼ਨ ਦੇ ਨਾਲ ਜਾਂ ਫਿਰ ਕੋਗਨੇਟਿਵ ਬਿਹੇਵੀਅਰ ਥੈਰੇਪੀ, ਆਨਲਾਈਨ ਕਲਾਸਿਸ ਤੁਸੀਂ ਲੈ ਸਕਦੇ ਆ, ਜਿਹੜੇ ਮਤਲਬ ਆਪਣੇ ਵਿਚਾਰ ਆ ਉਹ ਸਾਂਝੇ ਕੀਤੇ ਜਾ ਸਕਦੇ ਆ। ਔਰ ਅਗਰ ਟ੍ਰਬਲ ਹੈਗਾ ਆਪਣੇ ਹੈਲਥ ਕੇਅਰ ਪ੍ਰੋਵਾਈਡਰ ਦੇ ਨਾਲ, ਪਲੀਜ਼ ਗੱਲਬਾਤ ਕਰੋ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ। ਬਿਲਕੁਲ, ਥੈਂਕ ਯੂ ਸੋ ਮਚ ਡਾਕਟਰ ਭੁਰਜੀ, ਇੰਨੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਨਾਲ ਨਾਲ ਪੋਜ਼ਿਟਿਵ ਥਾਟਸ ਸ਼ੇਅਰ ਕਰਨ ਦੇ ਲਈ। ਥੈਂਕ ਯੂ ਸੋ ਮਚ ਐਂਡ ਟੇਕ ਕੇਅਰ। ਖੁਸ਼ ਰਹੋ, ਆਬਾਦ ਰਹੋ, ਅੱਛੇ ਦਿਨ ਆ ਰਹੇ ਨੇ, ਵੈਕਸੀਨ ਆ ਰਹੀ ਹੈ, ਪਰ ਥੋੜ੍ਹਾ ਸੰਯਮ ਰੱਖ ਲਓ। ਆਹ ਸਾਲ ਜਿਹੜਾ ਹੈਗਾ ਨਾ, ਫੈਸਟੀਵਲਸ ਪਲੀਜ਼ ਨਾ ਮਨਾਓ, ਕੋਈ ਵੀ ਨਾ ਮਨਾਓ, ਅਗਲੇ ਸਾਲ ਦੇ ਐਂਡ 'ਚ ਬੜਾ ਕੁਛ ਚੇਂਜ ਹੋ ਜਾਣਾ, ਔਰ ਅਸੀਂ ਫਿਰ ਆਪਣੀ ਲਾਈਫ, ਅਮੈਰੀਕਾ, ਕੈਨੇਡਾ ਦੇ ਵਿੱਚ ਮੈਂ ਗੱਲ ਕਰ ਰਿਹਾ, ਔਰ ਬਾਕੀ ਪਾਸੇ ਵੀ ਥੋੜ੍ਹਾ ਇੰਪਰੂਵਮੈਂਟ ਹੋਏਗਾ, ਕਾਫੀ ਹੱਦ ਤੱਕ ਕੋਵਿਡ ਤੋਂ ਅਸੀਂ ਜਿੱਤ ਹਾਸਿਲ ਕਰ ਚੁੱਕੇ ਹੋਵਾਂਗੇ। ਧੰਨਵਾਦ, ਥੈਂਕ ਯੂ ਸੋ ਮਚ। ਬਿਲਕੁਲ, ਜਿੱਦਾਂ ਡਾਕਟਰ ਭੁਰਜੀ ਨੇ ਕਿਹਾ ਕਿ ਸਾਨੂੰ ਪੋਜ਼ਿਟਿਵ ਹੋ ਕੇ ਚੱਲਣਾ ਪੈਣਾ, ਨਾਲ ਨਾਲ ਗਾਈਡਲਾਈਨਸ ਨੂੰ ਫੋਲੋ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਡਾਕਟਰ ਹੈਨਰੀ ਨੇ ਕਿਹਾ ਕਿ ਘਰਾਂ ਦੇ ਵਿੱਚ ਰਹੋ, ਆਪਣੇ ਨੇਬਰਹੁੱਡ ਦੇ ਵਿੱਚ ਰਹੋ, ਜੇ ਅਸੀਂ ਗਾਈਡਲਾਈਨਸ ਨੂੰ ਫੋਲੋ ਕਰਦੇ ਰਹਾਂਗੇ ਤਾਂ ਕੋਵਿਡ ਦੇ ਕੇਸ ਵੀ ਉਹ ਘਟਣ ਲੱਗ ਜਾਣਗੇ, ਤੁਹਾਡੇ ਤੱਕ ਇਨਫੋਰਮੇਸ਼ਨ ਇਸ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ ਟੀਵੀ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।